ਬਲਜਿੰਦਰ ਸਿੰਘ, ਮੈਂ ਜੀ ਪਿੰਡ ਭੈਣੀਸੁਰ ਤੋਂ ਆਇਆ ਜੀ। ਅੱਜ ਆਪਣੀ ਫਸਲ ਲੈ ਕੇ ਆਇਆ ਜੀ। ਪਹਿਲਾ ਦਿਨ ਸੀ ਮੰਡੀ ਦਾ, ਇੱਥੇ ਮੰਡੀ 'ਚ ਪ੍ਰਬੰਧ ਬਹੁਤ ਵਧੀਆ ਨੇ। ਆਉਣ ਲਈ ਬਹੁਤ ਗੌਰਮੈਂਟ ਨੇ ਬਹੁਤ ਵਧੀਆ ਅਰੇਂਜਮੈਂਟ ਕੀਤੇ ਹੋਏ ਨੇ ਸਭ ਦਾ, ਜਿਸ ਤਰ੍ਹਾਂ ਦੂਰ ਦੂਰ ਕੀਤਾ ਹੋਇਆ, ਮੰਡੀ 'ਚ ਇਕੱਠ ਨਹੀਂ ਆਉਣ ਦਿੱਤਾ ਜੀ, ਸਾਰਾ ਪ੍ਰਬੰਧ ਕੀਤਾ ਹੋਇਆ ਨੇ ਪੂਰਾ ਜੀ। ਮੈਂ ਜਸਵਿੰਦਰ ਸਿੰਘ ਕਪੂਰਥਲਾ ਤੋਂ ਬੋਲਦਾ ਜੀ। ਜੋ ਗੌਰਮੈਂਟ ਨੇ ਪ੍ਰਬੰਧ ਕੀਤੇ ਨੇ ਉਹ ਸਭ ਕੁਛ ਠੀਕ ਹੈ ਜੀ। ਅਤੇ ਤੁਹਾਡੀ ਵਿੱਕੀ ਹੈ ਜੀ? ਹਾਂ, ਕਣਕ ਸਾਡੀ ਵਿੱਕੀ ਜੀ। ਅੰਕਲ, ਮੰਡੀ 'ਚ ਕਣਕ ਲੈ ਕੇ ਆਏ ਹੋ ਜੀ? ਹਾਂ ਜੀ, ਕਣਕ। ਕਿੱਦਾਂ ਚੱਕ ਚੁੱਕ ਰਹੇ ਹਾਂ, ਕੀ ਹੈ? ਕੋਈ ਨਹੀਂ ਚੱਕ ਰਿਹਾ, ਲਾਭ ਨਹੀਂ ਰਹੇ। ਕੀ ਕੁਝ ਪਰੇਸ਼ਾਨੀ ਆਉਂਦੀ ਹੈ? ਪਰੇਸ਼ਾਨੀ ਆੜਤੀਆਂ ਕੋਲ ਹੀ ਹੈ ਜਾਂ ਆੜਤੀਆਂ ਕੋਲ ਹੁਕਮ ਹੀ ਨਹੀਂ ਹੈ? ਮਤਲਬ ਪਰੇਸ਼ਾਨੀ ਆ ਰਹੀ ਹੈ ਸਾਨੂੰ? ਸਾਹਮਣੇ ਆ ਰਹੀ ਹੈ ਜੀ। ਆੜਤੀ ਵਿਚਾਰੇ ਖੜੇ ਨੇ, ਦੇਖ ਰਹੇ ਨੇ ਤਾਂ ਆਪ ਵੀ ਕਿਸਾਨ ਫਸਲ ਲੈ ਕੇ ਆਉਣ ਤਾਂ ਅਸੀਂ ਤੋਲੀਏ। ਕੀ ਨਾਂ ਜੀ ਅੰਕਲ ਤੁਹਾਡਾ? ਹਰਨੇਕ ਸਿੰਘ। ਕੀ ਕੁਝ ਪਰੇਸ਼ਾਨੀ ਆ ਰਹੀ ਹੈ ਜੀ? ਪਰੇਸ਼ਾਨੀ ਤਾਂ ਜੀ ਸਾਰੀ ਉਹ ਪਰੇਸ਼ਾਨੀ ਹੋਇਆ ਨਹੀਂ ਹੋਇਆ ਕਿ ਨਾ ਤਾਂ ਇਹ ਕਣਕ ਲੈ ਰਹੇ ਨੇ, ਨਾ ਇਹ ਉਰੇ ਢੇਰੀ ਹੋਣ ਦੇ ਰਹੇ ਨੇ। ਕਿਉਂ ਇਹ ਕਹਿੰਦੇ ਵੀ ਸਾਡੀ ਆ ਮੰਡੀ ਤਾਂ ਗੌਰਮੈਂਟ ਕਹਿੰਦੀ ਆ ਵੀ ਸਾਡੀ ਆ, ਤੁਸੀਂ ਉਰੇ ਢੇਰੀ ਨਹੀਂ ਕਰ ਸਕਦੇ। ਇਹਨਾਂ ਨੂੰ ਸੇਲਰਾਂ 'ਚ ਵੀ ਆਰਡਰ ਦੇ ਦੇਣ, ਸੇਲਰਾਂ 'ਚ ਬਾਣੀ ਕੁਛ ਢੇਰੀ ਕਰਾ ਲਾ, ਦੇਖੋ ਉੱਥੇ ਤੁਲ ਜਾਏ, ਇਕੱਠੇ ਨਹੀਂ ਹੋਣ ਦੇਣਾ ਇਹਨਾਂ ਨੇ। ਬਾਕੀ ਮੈਂ ਤਾਂ ਕਹਿੰਦਾ ਵੀ ਜੇ 10 ਤਰੀਕ ਤੋਂ ਤੁਲਦੀ ਆਉਂਦੀ, ਬੜਬੜ ਕਣਕ ਲੰਘ ਜਾਂਦੀ। ਕਈ ਕਣਕਾਂ ਆਈਆਂ ਹੋਈਆਂ ਜਿਹੜੀਆਂ ਹੁਣ ਤੋਂ ਪਹਿਲਾਂ ਮੁੱਕ ਜਾਂਦਾ ਉਹਨਾਂ ਦਾ ਕੰਮ। ਅੱਧ ਬੁੱਢਿਆ 2 ਟਰਾਲੀਆਂ ਲੈ ਕੇ ਆਏ ਹੋ, ਕੋਈ ਚੱਕ ਚੁੱਕ ਨਹੀਂ ਰਿਹਾ? ਕੋਈ ਨਹੀਂ ਲੈਂਦਾ ਜੀ, ਕੋਈ ਗ੍ਰਹਿ ਨਹੀਂ ਰਿਹਾ। ਆੜ ਕੇ ਉੱਪਰੋਂ ਜਦ ਇਹਨਾਂ ਕੋਲ ਉਹੀ ਨਹੀਂ ਹੈਗੇ, ਮਤਲਬ ਪਾਸੇ ਨਹੀਂ ਦਿੱਤੇ ਇਹਨਾਂ ਨੇ। ਜੇ ਪਾਸ ਦਿੰਦੇ ਸਾਨੂੰ ਇਹ ਸੀ ਵੀ ਅਸੀਂ 15 ਨੂੰ ਗੇੜ ਦਾਂਗੇ। ਬਾਰ ਬਾਰ ਸਾਡੀ ਬਾਣੀਆਂ ਨਾਲ 15 ਦੀ ਉਹ ਗੱਲ ਹੋ ਰਹੀ ਸੀ। ਮੈਂ ਤਾਂ ਕਹਿੰਦਾ ਵੀ ਹੁਣ ਵੀ ਇਹ ਜੇ ਚੰਗੀ ਗੱਲ ਇਹ ਹੈ ਵੀ ਹੁਣ ਇਹ ਕਹਿਣ ਵੀ ਗਰਿਆਲੋ ਜਿਹੜੀ ਹੈਗੀ ਉਹਨੂੰ ਗਰਿਆਲੋ, ਕਿਤੇ ਗਰਿਆਲੋ, ਕਿੱਥੇ ਸੇਲਰ 'ਚ ਗਰਿਆਓ, ਯਾਨੀ ਕਿ ਲਹਿਦੇ ਲਹਿਦੇ ਥੋਂ ਗਰਿਆਲੋ। ਇੱਕ ਮਹਾਰਾਜ ਪ੍ਰਨੀਤ ਕੋਲੋਂ ਬਿਆਨ ਆਇਆ ਸੀ ਕੱਲ੍ਹ ਰਾਤੀ, 15 ਤੋਂ ਕਣਕ ਲੈ ਕੇ ਆਇਆ ਸਰ, ਕਿਸਾਨ ਜੀ ਨੇ ਮਰਜ਼ੀ ਕਣਕ ਲੈ ਕੇ ਆਉਣ। ਹਾਂ, 15 ਨੂੰ, ਅੱਜ 15 'ਚ ਇਹਨਾਂ ਨੇ ਆਉਣ ਨਹੀਂ ਦਈਆਂ ਟਰਾਲੀਆਂ ਜੀ, ਵਾਪਸ ਮੋੜੀਆਂ ਨੇ, ਸਾਡੀਆਂ ਖੁਦ ਟਰਾਲੀਆਂ ਮੋੜੀਆਂ ਨੇ। ਇਹੀ ਜੀ ਗੱਲ ਨਹੀਂ, ਇਹ ਤਾਂ ਮੁੰਡੇ ਮੈਂ ਸਮਝ ਗਿਆ ਵੀ ਬਹੁਤ ਹਿੰਮਤ ਵਾਲੇ ਤੇ, ਸਾਡੇ ਮੁੰਡੇ ਥੋੜ੍ਹੇ ਜਿਹੇ ਠੰਡੇ ਤੇ। ਇਹਨਾਂ ਨੇ ਕਿਹਾ ਵੀ ਸਾਨੂੰ ਲਿਖ ਕੇ ਦੇ ਦਿਓ, ਜਾਂ 15 ਦਾ ਗੌਰਮੈਂਟ ਦਾ ਆਰਡਰ ਹੈ ਵੀ 15 ਨੂੰ ਖਰੀਦ ਹੋਊਗੀ। 15 ਨੂੰ ਤਾਂ ਸਾਡੀ ਗਿਰ ਵੀ ਨਹੀਂ ਰਹੀ, ਅੱਜ ਰਾਤ ਨੂੰ ਅੱਲੀਆਂ ਆਉਣੀਆਂ ਚਾਹੀਦੀਆਂ ਨੇ, ਕਿਉਂ ਰਾਤ ਨੂੰ ਗੇੜ ਜਾਂਦੇ ਅਸੀਂ ਦਿਨ 'ਚ ਵਿਹਲੇ ਇੱਥੇ, ਹੁਣ ਕੰਡਾ ਪੱਖਾ ਕੋਈ ਇੰਤਜ਼ਾਮ ਨਹੀਂ ਹੈਗਾ, ਕੋਈ ਇੰਤਜ਼ਾਮ ਨਹੀਂ ਹੈਗਾ। ਠੀਕ ਹੈ ਜੀ।